ਗਿਆਨੀ ਤਰਲੋਕ ਸਿੰਘ ਦਾ ਇਤਿਹਾਸਕ ਨਾਵਲ ਹੈ ਬਹਾਦਰ ਜਗਜੀਤ ਕੌਰ 14ਵਾਂਕ ਕੋਈ ਇਸਤਰੀ ਹੋਵੇ ਜਾਂ ਪੁਰਸ਼ ਉਹਦੀ ਦਲੇਰੀ ਦਾ ਸੌਦਾ ਉਹਦੇ ਦਿਲ ਦਾ ਸੌਦਾ ਹੈ ਜੇ ਦਿਲ ਕਾਇਮ ਹੋਏ ਤਾਂ ਹਨੇਰਾ ਵੈਰੀ ਹਨੇਰਾ ਵੈਰੀ ਅੱਗ ਜਲ ਜਾਂ ਜੀਵ ਜੰਤੂਆਂ ਕੋਲੋਂ ਡਰ ਨਹੀਂ ਲੱਗਦਾ ਡਰ ਉਹਨਾਂ ਚਿਰ ਹੁੰਦਾ ਜਿੰਨਾ ਚਿਰ ਦਿਲ ਕਾਇਮ ਨਾ ਹੋਵੇ ਕਮਲ ਨੈਣੀ ਘੋੜੀ ਤੇ ਚੜੀ ਉਹਨੇ ਇੱਕ ਸਿੰਘਣੀ ਵਰਗਾ ਹੌਸਲਾ ਕੀਤਾ ਤੇ ਵੈਰੀ ਸਿਰ ਉੱਤੇ ਆਇਆ ਦੇਖ ਉਹਨੇ ਦਿਲ ਕੱਢਿਆ ਹਵੇਲੀ ਚ ਘੋੜੀ ਦੇਖ ਖੋਲ ਲਈ ਤੇ ਉੱਪਰ ਚੜ ਕੇ ਉਹਨੂੰ ਅੱਡੀ ਲਾ ਹਨੇਰੇ ਚ ਲੋਪ ਹੋ ਗਈ ਉਹਨੂੰ ਘੋੜੀ ਦੇ ਸੁੰਮਾਂ ਦੀਆਂ ਟਾਪਾਂ ਹਨੇਰੇ ਚ ਦੂਰ ਤੱਕ ਸੁਣਾਈ ਦਿੰਦੀਆਂ ਰਹੀਆਂ ਪਰ ਕਿਸੇ ਨੇ ਖਿਆਲ ਨਾ ਕੀਤਾ ਕਿਉਂਕਿ ਕਿਸੇ ਨੂੰ ਕੋਈ ਇਲਮ ਨਹੀਂ ਸੀ ਕਿ ਕੋਈ ਉੱਚੇ-ਚੀ ਘਟਨਾ ਹੋ ਰਹੀ ਸੀ ਭਜਨ RAM ਦੇ ਘਰ ਆਉਣ ਵਾਲਿਆਂ ਨੇ ਜਦੋਂ ਘੋੜੀ ਵਾਲੇ ਨੂੰ ਪੁੱਛਿਆ ਤਾਂ ਦੋ ਦੂਰ ਜਾ ਚੁੱਕੀ ਸੀ ਉਹ ਕਿੱਧਰ ਜਾ ਰਹੀ ਸੀ ਉਹਨੂੰ ਪਤਾ ਨਹੀਂ ਅੰਡਠੀ ਤਰਤੀ ਪਹਿਲੀ ਰਾਤ ਦਾ ਵੇਲਾ ਰਾਤ ਵੀ ਹਨੇਰੀ ਉਹਨੇ ਆਕਾਸ਼ ਵੱਲ ਤੱਕਿਆ ਤਾਰਿਆਂ ਵੱਲ ਵੇਖ ਕੇ ਸੋਚਿਆ ਇਦਰੀ ਗੋਇੰਦਵਾਲ ਜਬ ਵਿਆਸਾ ਹੋਏਗਾ ਘੋੜੀ ਨੂੰ ਨਿਠਾਈ ਗਈ ਉਹ ਹਨੇਰੇ ਨੂੰ چیرਦੀ ਹੋਈ 나ਗੁਕੇ ਦੇ ਬਰਾਬਰ ਤੇ ਗਈ ਕਿ ਉਹਨੂੰ ਆਵਾਜ਼ਾਂ ਸੁਣਾਈ ਦਿੱਤੀਆਂ ਕੌਣ ਹੈ ਘੋੜਸਵਾਰ ਪਰ ਉਹ ਨਾ ਖਲੋਤੀ ਉਹਨੇ ਘੋੜੀ ਨੂੰ ਅੱਡੀ ਲਾ ਕੇ ਹੋਰ ਤੇਜ਼ ਕੀਤਾ ਰੁਕ ਜਾ ਕੌਣ ਹੈ ਉਹ ਨਾ ਰੁਕੀ ਤਾਂ ਉਹਦੇ ਕੰਨਾਂ ਨਾਲ ਵਾਰਡ ਲਈ ਪਉਦੇ ਪਿੱਛੇ ਦੋ ਘੋੜੇ ਨਸੇ ਆਉਣ ਦੀ ਆਵਾਜ਼ ਆਈ ਉਹਨੇ ਘੋੜੀ ਨੂੰ ਹੋਰ ਤੇਜ਼ ਕੀਤਾ ਘੋੜੇ ਜਾਣ ਵਾਲੀ ਸੀ ਨੱਠੀ ਗਈ ਤੇ ਕੁਦਰਤੀ ਹੋ ਇੱਕ ਪਹੀਏ ਤੇ ਪੈ ਗਈ ਹਨੇਰਾ ਘੁੱਪ ਸੀ ਪਿੱਛੇ ਆਉਂਦੇ ਦਿਸਦੇ ਨਹੀਂ ਸੀ ਪਰ ਘੋੜਿਆਂ ਦੇ ਸੁੰਮਾਂ ਦੀ ਆਵਾਜ਼ ਨੇੜੇ ਆਉਂਦੀ ਜਾਂਦੀ ਸੀ ਉਹ ਰਾਤ ਦੇ ਹਨੇਰੇ ਚ ਤੁਰੀ ਖਤਰਾ ਹੀ ਖਤਰਾ ਸੀ ਫਿਰ ਵੀ ਉਹਨੇ ਹੋਸ਼ ਹੱਥੋਂ ਨਹੀਂ ਸੀ ਗਵਾਈ ਉਹਨੇ ਨੱਠੇ ਜਾਣ ਦੀ ਥਾਂ ਅਕਲ ਤੋਂ ਕੰਮ ਲੈਣਾ ਜਾਂ ਲੈਣ ਦਾ ਯਤਨ ਕੀਤਾ ਰੁੱਖਾਂ ਦੀ ਚੰਗੀ ਆਈ ਤਾਂ ਘੋੜੀ ਨੂੰ ਰੋਕੇ ਹੌਲੀ ਕੀਤਾ ਤੇ ਦੱਬੇ ਪੈਰ ਰੁੱਖਾਂ ਦੀ ਚੰਗੀ ਕਾਲੀ ਚ ਵੜ ਕੇ ਹੌਲੀ-ਹੌਲੀ ਤੋਰ ਕੇ ਇੱਕ ਵੱਡੇ ਰੁੱਖ ਦੇ ਮੁੱਢ ਕੋਲ ਨੇਰੇ 'ਚ ਖੜੀ ਕਰ ਲਿਆ ਪਿੱਛੇ ਆਰੇ ਘੋੜਿਆਂ ਦੇ ਨੱਠੇ ਆਉਣ ਦੀ ਆਵਾਜ਼ ਆਈ ਉਹ ਚੁੱਪਚਾਪ ਖਲੋਤੀ ਰਹੀ ਤੇ ਤਲਵਾਰ ਨੂੰ ਮਿਆਨ 'ਚੋਂ ਕੱਢ ਕੇ ਹੱਥ ਵਿੱਚ ਮਜ਼ਬੂਤੀ ਨਾਲ ਫੜ ਲਿਆ ਅਬਦੁੱਲੈ ਆਵਾਜ਼ ਆਈ ਕੀ ਹੈ ਦੂਜੀ ਆਵਾਜ਼ ਸੀ ਘੋੜੇ ਨੂੰ ਰੋਕਿਓ ਅਗਲਾ ਘੋੜ ਸਵਾਰ ਖਲੋ ਗਿਆ ਇਧਰ ਕਿਤੇ ਪਾਸੇ ਹੋ ਗਿਆ ਸ਼ਫੀਏ ਨਹੀਂ ਹੋ ਸਕਦਾ ਉਹ ਜ਼ਰੂਰ ਅੱਗੇ ਦੂਰ ਨਿਕਲ ਗਿਆ ਹੋਵੇਗਾ ਨਹੀਂ ਇੱਥੇ ਨਹੀਂ ਫਿਰ ਹਨੇਰੇ ਚ ਚੰਗੀ ਚ ਹੋਏਗਾ ਇਹ ਗੱਲ ਤੇਰੀ ਮੰਨੀ ਜਾ ਸਕਦੀ ਹੈ ਪਰ ਜੇ ਕੋਈ ਸਿੱਖ ਹੋਇਆ ਤਾਂ ਉਹ ਵਸਾ ਕੇ ਐਸਾ ਵਾਰ ਕਰੇਗਾ ਕਿ ਦੋਹਾਂ ਦਾ ਮਾਮਲਾ ਸਾਫ਼ ਐਸਾ ਨਾ ਬੋਲ ਇਹ ਸੁਣ ਕੇ ਹੁਸ਼ਿਆਰ ਹੋਣਗੇ ਮੈਂ ਆਖਦਾ ਸਿੱਖ ਨਹੀਂ ਕਿਉਂ ਸਿੱਖ ਨੇ ਕੱਲ੍ਹਿਆ ਰਾਤ ਕੀ ਕਰਨਾ ਸੀ ਉਹ ਤਾਂ ਟੋਲੀਆਂ ਚ ਮਿਰਦੇ ਆ ਕਬਲ ਨੈਣੀ ਨੇ ਉਹਨਾਂ ਦੀਆਂ ਗੱਲਾਂ ਸੁਣ ਲਈਆਂ ਤੇ ਮਨੀ ਮਨ ਸੋਚਿਆ ਹੈਨ ਤੁਰਕ ਪਰ ਸਿੱਖਾਂ ਕੋਲੋਂ ਡਰਦੀ ਹੈ। ਉਹਨੇ ਭਾਈ ਤੇਗਰ ਸਿੰਘ ਪਾਸੋਂ ਸੁਣੇ ਲੜਾਈ ਦੇ ਦਾ ਪੇਚ ਪਰਖਣੇ ਚਾਹੇ। ਜੇ ਕਦੇ ਇਕੱਲੇ ਹੋਈਏ ਤਾਂ ਜੈਕਾਰਾ ਛੱਡਦੇ ਆ। ਹਨੇਰੇ ਤੋਂ ਦੂਰ ਉਹਲੇ ਖਿਲੋਤਾ ਦੁਸ਼ਮਣ ਡਰ ਜਾਂਦੇ। ਕਮਲ ਨੈਣੀ ਨੇ ਸਿੰਘ ਅਸੂਲ ਵਰਤਣਾ ਚਾਹਿਆ ਪਰ ਮਿੰਟ ਕੋਹਰ ਚੁੱਪ ਰਹੀ। ਇਹ ਜਾਣ ਲੈ ਕਿ ਤੁਰਕ ਕੀ ਪੈਂਤੜਾ ਬਦਲਦੇ ਆ। ਪਿੱਛੇ ਮੁੜ ਚਲੀ। ਕਮਲ ਨੈਣੀ ਨੂੰ ਆਵਾਜ਼ ਸੁਣਾਈ ਦਿੱਤੀ। ਚੱਲ ਫੇਰ ਇਲਾ ਪਿੱਛਾ ਨਹੀਂ ਸੀ ਕਰਨਾ ਪਤਾ ਸੀ ਕਿ ਰਾਤ ਨੂੰ ਜਾਂ ਸਿੱਖ ਫਿਰਦੇ ਆ ਜਾਂ ਡਾਕੂ ਦੋਵੇਂ ਜਾਨਾਂ ਤੇ ਖੇਡਣ ਵਾਲੇ ਇਹਨਾਂ ਸ਼ਬਦਾਂ ਦੇ ਨਾਲ ਉਹਨਾਂ ਦੇ ਘੋੜੇ ਪਿੱਛੇ ਨੂੰ ਮੁੜ ਪਏ ਸੁਮਾ ਦੀ ਆਵਾਜ਼ ਸਾਫ਼ ਸੁਣਾਈ ਦੇਣ ਲੱਗੀ ਕਮਲ ਨੈਣੀ ਚੁੱਪ-ਖਲੋਤੀ ਸੁਣਦੀ ਰਹੀ ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਰਹੀ ਉਹਨੂੰ ਤੇਗਾ ਸਿੰਘ ਨੇ ਦੱਸਿਆ ਸੀ ਕਿ ਜਦੋਂ ਮੁਸ਼ਕਿਲ ਪੇਸ਼ ਆਏ ਤਾਂ ਅਸੀਂ ਸਤਨਾਮ ਵਾਹਿਗੁਰੂ ਦਾ ਮੰਤਰ ਜਪਦੇ ਹਾਂ ਘੋੜਿਆਂ ਤੇ ਤੁਰੇ ਜਾਣ ਦੀ ਆਵਾਜ਼ ਜਦੋਂ ਕੀ ਸੁਣਾਈ ਦਿਣੋਂ ਹਟ ਗਈ ਤਉਨੇ ਘੋੜੀ ਨੂੰ ਤੋਰਿਆ ਚੰਗੀ ਵਿੱਚੋਂ ਬਾਹਰ ਨਿਕਲ ਕੇ ਪੈ ਤੁਰੀ ਤਾਰਿਆਂ ਵੱਲ ਦੇਖਿਆ ਸੇਧ ਲਈ ਉਹਨੇ ਘੋੜੀ ਨੂੰ ਨਿਠਾਇਆ ਨਹੀਂ ਹੌਲੀ-ਹੌਲੀ ਤੋਰਿਆ ਤੇ ਕੰਨਾਂ ਨਾਲ ਨਿੱਕੇ ਤੋਂ ਨਿੱਕੇ ਖੜਕੇ ਨੂੰ ਸੁਣੀ ਗਈ ਤੁਰੀ ਜਾਂਦੀ ਨੂੰ ਰਾਜਖੋ ਆਇਆ ਇੱਕ ਵੱਡੇ ਬੋੜੇ ਹੇਠਾਂ ਖੂ ਤਾਰਿਆਂ ਦੀ ਤੇਜ਼ ਲੋਜ ਝੌਲਾ ਪਿਆ ਖੂ ਤੇ ਕੋਠਾ ਵੀ ਸੀ ਖੂ ਸੁੰਨਾ ਨਹੀਂ ਸੀ ਹੈ ਸੀ ਵਗਣ ਵਾਲਾ ਪਰ ਉਸ ਰਾਤ ਵਗਦਾ ਨਹੀਂ ਸੀ ਕਵਲ ਨੈਣੀ ਨੂੰ ਤਰੇ ਲੱਗੀ ਗਰਮੀਆਂ ਦੇ ਦਿਨ ਤਰਕਾਲਾਂ ਦੀ ਤੁਰੀ ਦੂਸਰਾ ਦੁਸ਼ਮਣਾਂ ਦਾ ਭੈ ਤੀਸਰਾ ਘੋੜੀ ਨੂੰ ਨਿਠਾਈ ਆਈ ਤਰੇ ਬਹੁਤ ਲੱਗ ਗਈ ਸੀ ਸਿੱਖੀ ਦਾ ਭਰੋਸਾ ਹੀ ਉਹਨੂੰ ਆਸਰਾ ਦਈ ਜਾਂਦਾ ਸੀ ਉਹ ਘੋੜੀ ਤੋਤਰੀ ਘੋੜੀ ਵੀ ਲਗਾਮ ਨੂੰ ਫੜ ਕੇ ਖੇਤ ਦੇ ਔਲੂ ਵੱਲ ਹੋਈ ਘੋੜੀ ਨੇ ਜਦੋਂ ਪਾਣੀ ਦੇਖਿਆ ਤਾਂ ਪਾਣੀ ਪੀਣ ਲੱਗ ਪਈ ਲਗਾਮ ਕਾਠੀ ਦੇ ਮੁੱਠ ਨਾਲ ਅੜਾ ਕੇ ਉਹਨੇ ਖੂਹ ਗੇੜਿਆ ਖੂਹ ਦੇ ਗੇੜ ਨਾਲ ਭਰੀਆਂ ਹੋਈਆਂ ਪਾਣੀ ਦੀਆਂ ਟਿੰਡਾਂ ਉੱਪਰ ਆਈਆਂ ਪਾਣੀ ਪਾੜਛੇ ਵਿੱਚ ਡਿੱਗਾ ਤਾਂ ਖੜਕਾ ਹੋਇਆ ਦੂਸਰਾ ਖੂਗ ਗਿੜਨ ਤੇ ਢੋਲ ਤੇ ਚਵਕਲੀ ਦਿੰਦੇ ਤੀਰਾਂ ਦੀਆਂ ਚੂਲਾਂ ਚੱਕੀਆਂ ਉਹਨਾਂ ਚੀਕਾਂ ਨੇ ਖੁਦ ਹੀ ਸ਼ਾਂਤੀ ਨੂੰ ਭੰਗ ਕੀਤਾ ਉਹਨੇ ਹੀ ਦਿਨ ਹੀ ਖੂਹਾਂ ਦੇ ਬੈੜਾਂ ਉੱਪਰ ਮੁੰਜਦੀਆਂ ਮਾਲਾਂ ਤੇ ਮਿੱਟੀ ਦੀਆਂ ਟਿੰਡਾਂ ਹੁੰਦੀਆਂ ਸੀ ਟਿੰਡ ਵਿੱਚੋਂ ਬੁੱਕਾ ਨਾਲ ਪਾਣੀ ਪੀਤਾ ਪਾਣੀ ਪੀ ਕੇ ਘੋੜੀ ਦੀ ਲਗਮ ਫੜ ਕੇ ਤੁਰਨ ਹੀ ਲੱਗੀ ਸੀ ਕਿ ਉਹਦੇ ਕੰਨੀ ਕੋਠੇ ਵਿੱਚੋਂ ਮਨੁੱਖੀ ਆਵਾਜ਼ ਸੁਣਾਈ ਦਿੱਤੀ ਸਤਿਗੁਰੂ ਮਹਾਰਾਜ ਜੀ ਦਾ ਆਸਰਾ ਹੈ ਵਾਹਿਗੁਰੂ ਦਾਤਾ ਆਵਾਜ਼ ਬੰਦ ਹੋ ਗਈ ਸਤਿਗੁਰੂ ਤੇ ਵਾਹਿਗੁਰੂ ਦਾ ਨਾਮ ਸਿੱਖ ਹੀ ਲੈ ਸਕਦੇ ਹਨ ਕਮਲ ਨੈਣੀ ਸੋਚਣ ਲੱਗੀ ਜ਼ਰੂਰ ਕੋਈ ਸਿੱਖ ਹੋਏਗਾ ਔਰਤ ਜਾਂ ਮਰਦ ਸਿੱਖ ਉਹਦੇ ਮਨ ਨੂੰ ਭਰੋਸਾ ਜਿਹਾ ਹੋ ਗਿਆ ਸਿੱਖ ਮਰਦ ਹੋਏ ਜਾਂ ਔਰਤ ਉਸ ਕੋਲੋਂ ਡਰ ਨਹੀਂ ਕਿਸੇ ਤਰ੍ਹਾਂ ਦਾ ਡਰ ਨਹੀਂ ਸਿੱਖ ਸਿੱਖ ਨੇਕ ਹੈ ਸੱਚੇ ਸੋਚੇ ਹੈ ਕਮਲ ਨੈਣੀ ਦੇ ਮਨ 'ਚ ਨਵਾਂ ਹੌਸਲਾ ਤੇ ਉਹ ਲਾਸਟ ਹੀ ਆ ਗਿਆ ਕੱਚੇ ਕੋਠੇ ਵੱਲ ਗਈ ਘੋੜੀ ਉਹਨੇ ਖੁੱਲੀ ਪਰਬੰਦ ਦਿੱਤੇ ਅੱਗੇ ਹੋਈ ਤਾਂ ਆਵਾਜ਼ ਆਈ ਮੈਂ ਮੰਤਨ ਤੇਰੀ ਟੇਕ ਮੇਰੇ ਪਿਆਰੀ ਮੈਂ ਮੰਤਨ ਤੇਰੀ ਟੇਕ ਅਵਰਸਿਆਣ ਪਾਂ ਬਿਥਰੀ ਬਿਰਥੀਆਂ ਪਿਆਰੀ ਰੱਖਣ ਕੋ ਤੂੰ ਮੇਕ ਆਵਾਜ਼ ਉੱਪਰਲੀ ਛੱਤ ਤੋਂ ਆਈ ਉਹ heਠਾਂ ਸੀ ਇਹ ਪਤਾ ਲੱਗਾ ਆਵਾਜ਼ ਜਨਾਨੀ ਦੀ ਸੀ ਸਤਗੁਰੂ ਮਹਾਰਾਜ ਉਤੇ ਭਰੋਸਾ ਰੱਖਣ ਵਾਲੀ ਭੈਣ ਕੀ ਮੈਂ ਦਰਸ਼ਨ ਕਰ ਸਕਦੀ ਆ ਕਮਲ ਨੈਣੀ ਨੇ ਆਵਾਜ਼ ਦੇਣ ਦਾ ਹੌਸਲਾ ਕਰ ਹੀ ਲਿਆ ਕੌਣ ਹੈ ਉਪਰੋਂ ਆਵਾਜ਼ ਆਈ ਇੱਕ ਕੰਨਿਆ Hindu ਕੰਨਿਆ ਕਮਲ ਨੈਣੀ ਨੇ ਅੱਗੇ ਉੱਤਰ ਦਿੱਤਾ ਰਾਤਵੇਲੀ Hindu ਕੰਨਿਆ ਇਸ ਖੂਤ ਤੇ ਦੁਖੀਆਂ ਦੁਖੀਆਂ ਹਾਂ ਮੈਂ ਉੱਪਰ ਕਿਵੇਂ ਆਵਾਂ ਆ ਜਾ ਕਿੱਧਰ ਦੀ ਪਹਾੜ ਵਾਲੇ ਪਾਸੇ ਕੰਧ ਹੈ ਉਸ ਕੰਧ ਉੱਪਰ ਦੀ ਅੱਗੇ ਕੱਚੀਆਂ ਪੌੜੀਆਂ ਕਮਲ ਨੈਣੀ ਪਹਾੜ ਦਸ਼ਾਵਲ ਹੋਈ ਕੋਈ ਚਾਰ ਫੋਟੋ ਚੀਂ ਗੰਧ ਸੀ ਕੰਦ ਨੂੰ ਹੱਥ ਨਾਲ ਟੋਕੇ ਤਸੱਲੀ ਕਰਕੇ ਉੱਪਰ ਚੜੀ ਅੱਗੇ ਤੁਰੀ ਤਾਂ ਤਿੰਨ ਪੈਰਾਂ ਵਾਲੀ ਕੱਚੀ ਪੌੜੀ ਸੀ ਉਸ ਰਾਹੀਂ ਉੱਪਰ ਗਈ ਤਾਂ ਕੱਲੀ ਔਰਤ ਬਹੁਤ ਤੇ ਬੈਠੀ ਹੈ ਉਹ ਕਾਲਾ ਜਿਹਾ ਬੁੱਤ ਦਿਸਦੀ ਸੀ ਕਿਉਂਕਿ ਕਾਲੀ ਲੀੜੇ ਸੀ ਤਾਰਿਆਂ ਦੀ ਲੋ ਤੋਂ ਬਿਨਾਂ ਉਸ ਵੇਲੇ ਅੱਧੀ ਰਾਤ ਚੜਨ ਵਾਲਾ ਚੰਦ ਵੀ ਉਦੇ ਹੋ ਰਿਹਾ ਸੀ ਉਹਦਾ ਵੀ ਚਾਨਣ ਸੀ ਤੇਰੇ ਕੋਲ ਕਿਰਪਾਨ ਹੈ ਕੌਣ ਹੈ ਬੈਠੀ ਔਰਤ ਨੇ ਪੁੱਛਿਆ ਜਿਵੇਂ ਉਹਨੂੰ ਹੈਰਾਨੀ ਹੋਈ ਜੰਕ ਕਵਲ ਨੈਣੀ ਦੇ ਹੱਥ ਕਰਪਾਣ ਵੇਖ ਕੇ ਖੁਸ਼ੀ ਹੋਈ ਕਿ ਜ਼ਰੂਰ ਸਿੰਘ ਕਰਨਿਆ ਹੋਏਗੀ ਮੇਰਾ ਨਾਮ ਕਮਲ ਨੈਣੀ ਹੈ ਇਹ ਆ ਕੇ ਕਵਲ ਨੈਣੀ ਨੇ ਥੋੜੇ ਸ਼ਬਦਾਂ ਚ ਕਾਲੀ ਕਾਲੀ ਆਪਣੇ ਬਾਬਤ ਸਭ ਕੁਝ ਦੱਸ ਦਿੱਤਾ ਤੇ ਪੁੱਛਿਆ ਪਰ ਆਪ ਇਕੱਲੇ ਇੱਥੇ ਕਮਲ ਨੈਣੀ ਨੇ ਉਹਨੂੰ ਪੁੱਛਿਆ ਮੈਂ ਇੱਕ ਸਿੰਘਣੀ ਆ ਮੇਰੇ ਪਤੀ ਜੀ ਪਿੰਡ ਨੂੰ ਗਏ ਹਨ ਆਉਣ ਹੀ ਵਾਲੇ ਹਨ ਇੱਕੂ ਅਸਾਂ ਦੇ ਰਿਸ਼ਤੇਦਾਰਾਂ ਦਾ ਇੱਥੇ ਰਹਿਣ ਆਏ ਆ ਉਹ ਬੋਲੀ ਕਿਉਂ ਦਿਨ ਪੂਰੇ ਹੋਏ ਜਥੇ ਨਾਲ ਜੰਗਲ ਚ ਰਹਿਣਾ ਮੁਸ਼ਕਿਲ ਪੀੜਾਂ ਸ਼ੁਰੂ ਹਨ ਉਹ ਗਏ ਹਨ ਕੁਝ ਚੀਜ਼ਾਂ ਲੈਣ ਤੇ ਨਾਲ ਮੇਰੀ ਮਾਸੀ ਨੂੰ ਸੱਦਣ ਉਹ ਸਿਆਣੀ ਐ ਭੇਤ ਰੱਖਣ ਵਾਲੀ ਕੀ ਕਰੀਏ ਦੁਸ਼ਟ ਮੁਗਲ ਸਿੱਖਾਂ ਨੂੰ ਪਿੰਡਾਂ ਵਿੱਚ ਵੀ ਨਹੀਂ ਰਹਿਣ ਦਿੰਦੇ ਇਹ ਤਾਂ ਹੈ ਮੈਨੂੰ ਵੀ ਤਾਂ ਕਦੇ ਰਾਤ ਨੱਠਣਾ ਪਿਆ ਭਗਵਾਨ ਐਸੇ ਰਾਜ ਨੂੰ ਕਦੋਂ ਖਤਮ ਕਰੇਗਾ ਤੁਸਾਂ ਦਾ ਨਾਮ ਮੇਰਾ ਨਾਮ ਗੁਰਨਾਮ ਕੌਰ ਐ ਸਿੰਘ ਜੀ ਆਉਣ ਹੀ ਵਾਲੀ ਐ ਉਫ ਪੀੜ ਸਤਾ ਰਹੀ ਐ ਗਲੇਟ ਜਾ ਬੋਲ ਲੈਣੀ ਨੇ ਆਖਿਆ ਗੁਰਨਾਮ ਘਰ ਲੇਟ ਗਈ ਮੈਂ ਸਿਰ ਘੁੱਟਾ ਸਤਗੁਰੂ ਮਹਾਰਾਜ ਬੇਨਥਾਨ ਨਿਆਸਰੀਆਂ ਦਾ ਆਸਰਾ ਬਣਾ ਦਿੰਦੇ ਆ ਸ਼ਾਇਦ ਮੇਰੇ ਕਰਕੇ ਹੀ ਤੂੰ ਸਾਨੂੰ ਸਤਗੁਰੂ ਜੀ ਨੇ ਇਸ ਖੂਦ ਤੇ ਭੇਜਿਆ ਰਾ ਚਤੁਰਕਾ ਨੇ ਪਿੱਛਾ ਕੀਤਾ ਸੀ ਪਰ ਆਪ ਹੀ ਸਤਗੁਰੂ ਜੀ ਮਹਾਰਾਜ ਨੇ ਉਹਨਾਂ ਨੂੰ ਸਮਤ ਬਖਸ਼ੀ ਉਹ ਪਿੱਛੇ ਮੁੜ ਗਏ ਭੈਣ ਸਿੱਖਾਂ ਦੇ ਰਾਖੇ ਆਪ ਸਤਗੁਰੂ ਮਹਾਰਾਜ ਜੀ ਹਨ ਦੁਨੀਆ ਤਾਂ ਸਿੱਖਾਂ ਨੂੰ ਖਤਮ ਕਰਨ ਦੇ ਤੁਲੀ ਹੈ ਪਰੇ ਕਦੀ ਖਤਮ ਨਹੀਂ ਹੋਣਗੇ ਕਿਉਂਕਿ ਪਾਰ ਬ੍ਰह्म ਅਕਾਲ ਪੁਰਖ ਦੀ ਕਿਰਤ ਹਨ ਧਰਮ ਕਾਰਜਾਂ ਵਾਸਤੇ ਹਨ ਉਫ ਠੱਲ ਨਹੀਂ ਹੁੰਦੀ ਪੀੜ ਉਹ ਚੁੱਪ ਕਰ ਗਈ ਕੋਈ ਦਸਾਂ ਮਿੰਟਾਂ ਪਿੱਛੇ ਇੱਕ ਮਰਦ ਤੇ ਔਰਤ ਨੇ ਆ ਕੇ ਫਤਿਹ ਬੁਲਾਈ ਉਹ ਸਨ ਗੁਰਨਾਮ ਕੌਰ ਤੇ ਪਤੀ ਗੁਰਮੁਖ ਸਿੰਘ ਤੇ ਨਾਲ ਗੁਰਨਾਮ ਕੌਰ ਦੀ ਮਾਸੀ ਤਾਬੂ ਸੀ ਉਹ ਕਮਲ ਨੈਣੀ ਨੂੰ ਦੇਖ ਕੇ ਹੈਰਾਨ ਹੋਈ ਪੁੱਛੀ ਲਿਆ ਇਹ ਕੌਣ ਕਮਲ ਨੈਣੀ ਨੇ ਆਪ ਹੀ ਆਪਣੀ ਜਾਣ ਪਛਾਣ ਕਰਾ ਕੇ ਕਿਹਾ ਪਰਾਜੀ ਸਤਗੁਰੂ ਜੀ ਦੀ ਕਿਰਪਾ ਸਮਝੋ ਆਪ ਨਾਲ ਮੇਲ ਹੋ ਗਿਆ ਚਲੋ ਟਿੰਡ ਵਿੱਚੋਂ ਅੱਗ ਲੈ ਕੇ ਦੀਵਾ ਬਾਲੋ ਤੇ ਚਲੀਏ ਉੱਪਰ ਨਹੀਂ ਸੀ ਚੜਾਉਣਾ ਤਾਬੂ ਨੇ ਆਖਿਆ ਉਹ ਅੱਗੇ ਹੋਈ ਆਹ ਚਲੋ ਗੁਰਨਾਮ ਕਰਨੇ ਆਖਿਆ ਹੌਲੀ ਹੌਲੀ ਗੁਰਨਾਮ ਕਰਨ ਨੂੰ ਉਤਾਰਿਆ ਗੁਰਮukh ਸਿੰਘ ਟਿੰਡ 'ਚ ਅੱਗ ਪਿੰਡੋਂ ਲੈ ਆਇਆ ਸੀ ਉਸ ਕਾਲ 'ਚ ਡੱਬੀਆਂ ਨਹੀਂ ਸੀ ਹੁੰਦੀਆਂ ਅੱਗ ਨੱਪ ਕੇ ਸਾਂਭੇ ਜਾਂਦੀ ਸੀ ਅੱਗ ਬਾਲ ਕੇ ਦੀਵਾ ਜਗਾਇਆ ਗਿਆ ਅੰਦਰ ਇੱਕ ਮੰਜੀ ਪਈ ਸੀ ਉਸ ਉੱਪਰ ਗੁਰਨਾਮ ਕਰਨ ਨੂੰ ਲਿਟਾ ਦਿੱਤਾ ਗਿਆ ਅੰਗ 15 ਸੁਲਹੀ ਤੇ ਨਾਰਾਇਣ ਰਾਗ ਸੁਲਹੀ ਕਾ ਹਾਥ ਕਹੀਂ ਨ ਪਹੁੰਚੈ ਸੁਲਹੀ ਹੋਈ ਮੂਆ ਨਾ ਪਾਗ ਰਹਾਓ ਕਾੜ ਕੁਠਾਰ ਖਸਮ ਸਿਰ ਕਾਟਿਆ ਖਿਨ ਮੈਂ ਹੋਈ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿੰਨ ਦੀਨਾ ਤਾਕ ਪੂਤ ਮੀਤ ਧਨ ਕਿਛ ਨ ਰਿਓ ਛਾੜ ਗਿਆ ਸੋ ਪਾਈ ਸਾਗ ਕੋਹ ਨਾਨਕ ਤਿਸ ਪ੍ਰਭ ਬਲੇ ਹਰੀ ਜਿਨ ਜਨ ਕਾ ਕੀਨੋ ਪੂਰਨ ਬਾਗ ਪੰਚਮ ਪਾਸ਼ਾ ਨਿਰੰਜਨ ਗੁਰਵਰਜਨ ਦੇ ਇਸ ਸ਼ਬਦ ਨੂੰ ਸਿੰਘ ਤੇ ਸਿੰਘਣੀ ਜਪਦੇ ਰਹੇ ਕਮਲ ਨੈਣੀ ਸੁਣਦੀ ਰਹੀ ਤੇ ਗੁਰਨਾਮ ਕੌਰ ਦੀ ਸੇਵਾ ਕਰਦੀ ਰਹੀ ਦਿਨ ਦੇ ਚੜਨ ਨਾਲ ਗੁਰਨਾਮ ਕੌਰ ਨੇ ਲੜਕੇ ਨੂੰ ਜਨਮ ਦਿੱਤਾ ਕਮਲ ਨੈਣੀ ਤੇ ਗੁਰਨਾਮ ਕੌਰ ਦੀ ਮਾਸੀ ਤਾਬੂ ਨੇ ਸਾਰੀ ਸੇਵਾ ਕੀਤੀ ਅੱਗ ਬਾਲੀ ਰੱਖੀ ਸਿੰਘ ਸਾਹਿਬ ਕੋਠੇ ਉੱਪਰ ਬਾਣੀ ਦਾ ਪਾਠ ਕਰਦੇ ਰਹੇ ਜਦੋਂ ਸੁਨਿਆ ਪੁੱਤਰ ਨੇ ਜਨਮ ਲਿਆ ਵੈਗਰੂ ਦਾ ਧੰਨਵਾਦ ਕੀਤਾ ਇੱਕ ਲੰਮੀ ਧੰਨਵਾਦੀ ਅਰਦਾਸ ਕੀਤੀ ਅਰਦਾਸ ਕਰਕੇ ਅਜਿ ਖਲੋਤੀ ਸੀ ਕਿ ਉਹਨਾਂ ਨੇ ਘੋੜਿਆਂ ਦੇ ਸੁੰਮਾਂ ਦੀ ਟਿਪ ਟਿਪ ਸੁਣੀ ਤੇ ਰੌਲਾ ਸੁਣਿਆ ਉਸੇ ਵੇਲੇ ਹੀਠਾਂ ਉਤਰੇ ਤੇ ਆਖਿਆ ਸ਼ਾਇਦ ਤੁਰਕ ਆਏ ਅੰਦਰੋਂ ਦਰਵਾਜ਼ਾ ਬੰਦ ਕਰ ਲਓ ਮੈਂ ਵੀ ਘੋੜੀ ਨੂੰ ਕਮਾਦ ਚ ਵੜ ਦਿੰਨਾ ਤੇ ਆਪ ਵੀ ਪਾਸੇ ਹੋ ਜਾਣਾ ਇਹ ਆਖ ਕੇ ਉਹਨੇ ਦੋ ਛਾਲਾਂ ਮਾਰੀਆਂ ਘੋੜੀ ਖੋਲੀ ਤੇ ਬੀ ਵਾਸਤੇ ਰੱਖੇ ਕਮਾਦ ਦੀ ਪਹਿਲੀ ਚ ਲੈ ਵੜਿਆ ਉਧਰ ਕਮਲ ਨੈਣੀ ਨੇ ਕੋਠੇ ਦਾ ਅੰਦਰੋਂ ਕੁੰਡਾ ਵੀ ਮਾਰਿਆ ਤੇ ਕਿਰਪਾਨ ਮਿਆਂ ਚੁੱਕੇ ਚ ਕੇ ਦਰਵਾਜ਼ੇ ਅੱਗੇ ਖਲੋ ਗਈ ਗੁਰਨਾਮ ਕੌਰ ਦਾ ਸਰੀਰ ਤਕੜਾ ਸੀ ਜਨੇਪੇ ਦੀਆਂ ਪੀੜਾਂ ਨੂੰ ਝੱਲ ਕੇ ਹੋਸ਼ਚ ਸੀ ਉਹਨੇ ਜਦੋਂ ਕਮਲ ਨੈਣੀ ਨੂੰ ਨੰਗੀ ਕਿਰਪਾਨ ਫੜ ਕੇ ਖਲੋਤੀ ਦੇਖਿਆ ਤਾਂ ਪੁੱਛਿਆ ਕੀ ਤੁਰਕਾਂ ਦਾ ਡਰ ਹੈ ਹਾਂ ਕੁਝ ਐਸਾ ਹੀ ਹੈ ਭਰਾਜੀ ਆ ਗਏ ਇਹ ਸੁਣ ਕੇ ਗੁਰਨਾਮ ਕੌਰ ਬਾਟ ਕਰਨ ਲੱਗ ਪਈ ਸੁਲੀ ਤੇ ਨਰਾਇਣ ਰਾਗ ਕੋਈ ਦਸਾਂ ਮਿੰਟਾਂ ਵਿੱਚੋ ਘੋੜਿਆਂ ਦੀਆਂ ਟਾਪਾਂ ਦਾ ਖੜਕਾ ਤੇ ਬੰਦਿਆਂ ਦੇ ਬੋਲਣ ਦੀ ਸਾਫ ਆਵਾਜ਼ਾਂ ਸੁਣਾਈ ਦਿੱਤੀਆਂ ਸਾਫ ਆਵਾਜ਼ਾਂ ਇੱਥੇ ਕੋਈ ਨਿਸ਼ਾਨ ਨਹੀਂ ਜ਼ਰੂਰੀ ਅੱਗੇ ਨਿਕਲ ਗਈ ਕਮਾਦ ਦੇਖੋ ਇੱਕ ਨਹੀਂ ਗਿਆ ਕਮਾਦ ਚ ਕੀ ਹੋਣਾ ਪਿੰਡਾਂ ਖੋਟਾ ਨਾ ਕਰੋ ਉਹ ਗਈ ਕਿਸੇ ਝਲਵਲ ਜਾਂ ਕਿਸੇ ਪਿੰਡ ਚ ਉਹ ਬਾਹਰ ਨਹੀਂ ਰਹਿ ਸਕਦੀ ਸੁਲੀ ਤੇ ਨਾਰਾਇਣ ਰੱਖ ਆਈ ਸੁਲੀ ਤੁਰਕਾਂ ਤੋਂ ਉਹਨਾਂ ਨੂੰ ਨਾਰਾਇਣ ਨੇ ਰੱਖਿਆ ਐਸੀ ਉਹਨਾਂ ਦੀ ਮਤ ਮਾਰੀ ਕਿ ਉਹਨਾਂ ਨੇ ਨਾ ਕੋਠੇ ਦੇ ਵੱਲ ਵੇਖਿਆ ਤੇ ਨਾ ਹੀ ਕਮਾਦ ਵੱਲ ਗਏ ਸਗੋਂ ਅੱਗੇ ਲੰਘ ਗਏ ਆਉਣ ਵਾਲੇ ਤਖਤੂਪੁਰੇ ਤੋਂ ਆਏ ਸਨ ਤੇ ਕਮਲ ਨੈਣੀ ਦਾ ਪਿੱਛਾ ਕਰੇ ਕਰਿਆ ਰਹੇ ਸਨ ਉਹ ਅਠ ਦਾ ਜਣੇ ਸੀ ਉਹ ਅੱਗੇ ਨਿਕਲ ਗਏ ਸਿੰਘ ਸਾਹਿਬ ਕਮਾਦ ਚੋਂ ਬਾਹਰ ਨਿਕਲੇ ਤੇ ਕਮਲ ਨੈਣੀ ਨੇ ਦਰਵਾਜ਼ਾ ਖੋਲਿਆ ਤੁਰਕ ਤਾਂ ਅੱਗੇ ਚਲੇ ਗਏ ਗੁਰੂ ਰਾਖਾ ਸਾਰਿਆਂ ਦਾ ਸਿੰਘ ਨੇ ਅੱਗੇ ਹੋ ਕੇ ਆਖਿਆ ਹਾਂ ਗੁਰੂ ਰਾਖਾ ਤਾਬੋ ਦਾ ਉੱਤਰ ਸੀ ਸੁਖਸਾਂਦ ਪੁੱਛਦੇ ਗੱਲਾਂ ਕਰਦੇ ਰਹੇ ਸਨ ਦਿਨ ਚੜ ਗਿਆ ਮੇਤਾ ਸਿੰਘਾਂ ਦੇ ਜਥੇ 'ਚ ਸ਼ਾਮਲ ਹੋਣਾ ਪੰਜਾਬਾ ਸਿੰਘ ਦਾ ਜਥਾ ਤੇ ਉਹਨਾਂ ਵਿੱਚ ਇੱਕ ਤੇਗਾ ਸਿੰਘ ਨਾਮ ਦਾ ਸਿੰਘ ਹੈ ਜੇ ਦੱਸ ਸਕੋ ਕਿ ਕਿੱਥੇ ਹੋਣਗੇ ਮੇਰਾ ਰਹਿਣਾ ਠੀਕ ਨਹੀਂ ਕਿਹੜਾ ਬੰਨਾ ਕਮਲ ਨੈਣੀ ਨੇ ਸਿੰਘਾਂ ਨੂੰ ਕਿਹਾ ਕਮਲ ਨੈਣੀ ਦੀ ਇਹ ਗੱਲ ਸੁਣ ਕੇ ਸਿੰਘ ਉੱਤਰ ਦੇਣ ਦੀ ਦੇਣੀ ਲੱਗਾ ਸੀ ਤਾਬੂ ਨੇ ਪਹਿਲਾਂ ਪੁੱਛ ਲਿਆ ਤੂੰ ਸਗੋ ਸ਼ਿਬੂ ਦੀ ਤੀ ਹੈ ਹਾਂ ਮਾਂਜੀ ਕਮਲ ਨੈਣੀ ਨੇ ਉੱਤਰ ਦਿੱਤਾ ਤੇ ਤੈਨੂੰ ਮਿਰਜ਼ਾ ਜਲਾਲਾਬਾਦੀਆ ਲੈ ਗਿਆ ਸੀ ਤੇਰੀ ਮਾਂ ਨੇ ਹਾਲੀ ਆਹੋ ਮਾਂਜੀ ਮੈਂ ਮੰਦ ਭਾਗਣਾ ਤਾਂ ਤੂੰ ਆਪਣੀ ਹੋਈਓ ਸ਼ਿਭੂ ਮੇਰੇ ਮਾਮੇ ਦਾ ਪੁੱਤਰ ਭਰਾ ਹੈ ਪਿਹੜਾ ਗਰਕ ਤੁਰਕਾਂ ਦਾ ਹਿੰਦੂਆਂ ਨੂੰ ਸੁੱਖ ਨਾਲ ਨਹੀਂ ਵਸਣ ਦਿੰਦੇ ਮੈਂ ਭਰਾ ਤੇ ਪਰਜਾਈ ਤੇਰੀ ਬਰਬਾਦੀ ਦੀ ਸਾਰੀ ਵਾਰਤਾ ਸੁਣ ਚੁੱਕਿਆ ਤਾਂ ਤੁਸੀਂ ਮੇਰੇ ਭੂਆ ਜੀ ਹੋਏ ਹਾਂ ਪੁੱਤਰ ਉਹਨਾਂ ਦੀਆਂ ਗੱਲਾਂ ਸੁਣ ਕੇ ਸਿੰਘ ਸਾਹਿਬ ਜੀ ਬੋਲੇ ਫੇਰ ਕਾਲ ਦੀ ਕੀ ਲੋੜ ਹੈ ਇੱਥੇ ਰੋ ਜਾਂ ਇਹਨਾਂ ਦੇ ਘਰੇ ਚਲੇ ਜਾਓ ਪੰਜ ਦਿਨਾਂ ਨੂੰ ਗੁਰਨਾਮ ਕੌਰ ਤੱਕੜੀ ਹੋ ਜਾਏ ਆਪ ਚੱਲਾਂਗੇ ਅਸੀਂ ਵੀ ਤਾਂ ਉਸੇ ਜੱਥੇ ਨਾਲ ਆ ਅਕਾਲ ਪੁਰਖ ਤੇ ਭਰੋਸਾ ਹੈ ਨੇਕ ਪੁਰਖ ਮਦਦ ਕਰਦੇ ਹੈ ਇਹ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਨੇ ਦੁਨਿਆਵੀ ਜੀਵਨ ਦੀਆਂ ਖੁਸ਼ੀਆਂ ਨਾਲੋਂ ਧਰਮ ਨੂੰ ਪਿਆਰਿਆ ਧਰਮ ਨੂੰ ਪਿਆਰਨ ਵਾਲਾ ਹੀ ਸੰਸਾਰ ਉੱਤੇ ਚੰਗਾ ਹੈ ਧਰਮ ਨੇ ਨਾਲ ਜਾਣਾ ਹੈ ਅਗਲੇ ਜਹਾਨ ਧਰਮ ਹੀ ਕੰਮ ਆਉਂਦਾ ਹੈ ਗੁਰੂ ਮਹਾਰਾਜ ਜੀ ਦਾ ਵੀ ਹੁਕਮ ਹੈ ਭੈ ਕੋ ਪਉ ਪੜਿਆ ਸਿਮਰਤ ਹਰ ਨਾਮ ਸਗਲ ਬਿਆਦ ਮਿਟੀ ਤ੍ਰੇ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ਰਹਾਓ ਹਰ ਕੇ ਲੋਕ ਸਦਾ ਗੁਣ ਗਾਵੈ ਤਿਨ ਕੋ ਮਿਲਿਆ ਪੂਰਨ धाम ਜਨਕਾ ਰਸ ਬਾਛੇ ਦਿਨ ਰਾਤੀ ਹੋਈ ਪੁਨੀਤ ਧਰਮ ਰਾਈ ਜਾਮ ਕਾਮ ਕ੍ਰੋਧ ਲੋਭ ਮਦ ਨਿੰਦਾ ਸਾਧ ਸੰਗ ਮਿਟਿਆ 비ਮਾਨ ਐਸੇ ਸੰਤ ਪੇਟੇ ਵਡਭਾਗੇ ਨਾਨਕ ਤਿਨ ਕੇ ਸਦ ਗੁਰੂ ਬਾਰ ਕੁਝ ਕੁਦਰਤੀ ਤੁਸਾਂ ਦਾ ਧਰਮ ਵੱਲ ਧਿਆਨ ਸੀ ਤੇ ਕੁਝ ਸੰਗਤ ਹੋ ਗਈ ਸਿੰਘਾਂ ਦੀ ਸੰਗਤ ਨੇ ਮੇਰੇ ਮਨ ਨੂੰ ਬੜਾ ਤਕੜਾ ਕੀਤਾ ਮੈਂ ਤਾਂ ਬਲੀਆਰੇ ਜਾਨੀ ਆ ਜਿੱਥੇ ਦਾਰਜੀ ਨੇ ਉਪਦੇਸ਼ ਦਿੱਤਾ ਉਹਨਾਂ ਦੇ ਪਰਕਾਰ ਕਰਕੇ ਮੇਰੇ ਮਾਤਾ ਪਿਤਾ ਜੀ ਨੂੰ ਨਵਾਂ ਜੀਵਨ ਬਖਸ਼ਿਆ ਮੈਨੂੰ ਤੁਰਕਾਂ ਦੇ ਪੰਜੇ ਚੋਂ ਛੁਡਾਣ ਲਈ ਘਾਲਣਾ ਘਾਲੇ ਤੇ ਫਿਰ ਮੈਨੂੰ ਘਰ ਛੱਡਣਾ ਇਹ ਪਰ ਕਮਲ ਨੈਣੀ ਗੱਲ ਕਰਦੀ ਕਰਦੀ ਰੁਕ ਗਈ ਉਹਨੂੰ ਤਖਤੂ ਪੁਰੇ ਦੀਆਂ Hindu ਔਰਤਾਂ ਤੇ ਲੋਕਾਂ ਦੀ ਜੀਵਨ ਕਮਜ਼ੋਰੀ ਚੇਤੇ ਆ ਗਈ ਉਹ ਲੋਕ ਕਿੰਨੇ ਮੂਰਖ ਸੀ ਕਿ ਧੀ ਭੈਣ ਨੂੰ ਆਸਰਾ ਦੇਣ ਦੀ ਤਾਂ ਨਿੰਦਾ ਕਰਕੇ ਗੱਲਾਂ ਕਰਕੇ ਜੀਵਨ ਦਾ ਤਿਆਗ ਕਰਨ ਲਈ ਮਜਬੂਰ ਕਰਦੇ ਐ ਪਰ ਕੀ ਤਾਬੋ ਨੇ ਪੁੱਛਿਆ ਤਖਤੂਪੁਰੇ ਦੀਆਂ ਔਰਤਾਂ ਨੇ ਮੈਨੂੰ ਰਹਿਣ ਨਹੀਂ ਦਿੱਤਾ ਚੁਗਲਾ ਨੇ ਮਿਰਜ਼ੇ ਦੀ ਬੰਦਿਆਂ ਨੂੰ ਦੱਸ ਦਿੱਤਾ ਮੇਰੀ ਭੈਣ ਬਚਾ ਕੇ ਮੈਨੂੰ ਰੱਖ ਨਾ ਸਕੀ ਭਾਵੇਂ ਦਿਲ ਤਕੜਾ ਕਰਦੀ ਰਹੀ ਤੇ ਮੈਂ ਸੋਚਿਆ ਚਲੋ ਸਿੰਘਾਂ ਕੋਲ ਮਰਾਂ ਜਾਂ ਜੀਵਾਂ ਇਹ ਫੈਸਲਾ ਚੰਗਾ ਕੀਤਾ ਸਿੰਘ ਸਾਹ ਬੋਲੇ ਹੋਰ ਕੋਈ ਚਾਰਾ ਨਹੀਂ ਸੀ ਜਾਂ ਆਤਮਕਾਤ ਕਰਦੀ ਆਤਮਕਾਤ ਨਹੀਂ ਕਰਨਾ ਚਾਹੀਦਾ ਬੁਰਾ ਗੁਰੂ ਮਹਾਰਾਜ ਦਾ ਆਸਰਾ ਲੈ ਕੇ ਜਿਉਂਦਾ ਯਤਨ ਕਰਨਾ ਚਾਹੀਦਾ ਹੈ ਹੌਸਲਾ ਕਰੇ ਮਨੁੱਖ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਂਦੀਆਂ ਨੇ ਦਿਲ ਦੀ ਗੱਲ ਹੈ ਇਹ ਤਾਂ ਠੀਕ ਹੈ ਮੈਂ ਦੇਖ ਲਿਆ ਜੇ ਹੌਸਲਾ ਕਰਕੇ ਜਲਾਲਾਬਾਦੋਂ ਨੱਠੀ ਤਾਂ ਆਸਰਾ ਮਿਲਿਆ ਇਹ ਆਲੀ ਬੇਈਮਾਨ ਹੋਇਆ ਤਾਂ ਭਗਵਾਨ ਨੇ ਸੱਪ ਦੀ ਸ਼ਕਤੀ ਨੂੰ ਭੇਜ ਕੇ ਮੇਰੀ ਰਾਖੀ ਤੇ ਜੇ ਹੁਣ ਭੈਣ ਦੇ ਘਰ ਦੁਸ਼ਮਣ ਨੇ ਛਾਪਾ ਮਾਰਿਆ ਤਾਂ ਭਗਵਾਨ ਨੇ ਪਿਛਲੇ ਘਰੋਂ ਘੋੜੀ ਦਾ ਵਸੀਲਾ ਬਣਾ ਦਿੱਤਾ ਨੇਰੇ ਤੇ ਕੱਲ ਤਾਂ ਨੇ ਡਰਾਇਆ ਨਹੀਂ ਅੱਗੇ ਵੀ ਭਗਵਾਨ ਆਸਰਾ ਦੇਗਾ ਏ ਵਾਹਿਗੁਰੂ ਸਦਾ ਅੰਗ ਸੰਗ ਰਹਿੰਦਾ ਉਹਨੂੰ ਯਾਦ ਕਰਨ ਦੀ ਲੋੜ ਹੈ ਜੋ ਉਹਨੂੰ ਯਾਦ ਰੱਖਦਾ ਹੈ ਵਾਹਿਗੁਰੂ ਉਹਨੂੰ ਯਾਦ ਰੱਖਦਾ ਹੈ ਵੱਡ ਭਾਗੀ ਹਰ ਨਾਮ ਵਿਚਾਰਾ ਛੁਟੈ RAM ਨਾਮ ਦੁਖ ਸਾਰਾ ਹਿਰਦੈ ਵਸਿਆ ਸੋ ਬਾਹਰ ਪਸਾਰਾ ਨਾਨਕ ਜਾਣੇ ਸਭ ਉਪਾਵਣ ਹਾਰਾ ਬਚਨ ਬिलास ਹੁੰਦੇ ਰਹੇ ਤਾਂ ਤਾਬੋ ਨੇ ਕਿਹਾ ਮੈਂ ਘਰ ਜਾਨੀ ਆ ਖਾਣ ਪੀਣ ਲਈ ਲਿਉਣੀ ਆ ਧਿਆਨ ਰੱਖਣਾ ਧਿਆਨ ਤਾਂ ਵਾਹਿਗੁਰੂ ਨੇ ਰੱਖਣਾ ਅਸੀਂ ਕੌਣਾ ਧਿਆਨ ਰੱਖਣ ਵਾਲੇ ਦਿਨ ਚੜ ਗਿਆ ਮੈਂ ਵੀ ਘੋੜੀ ਨੂੰ ਘੇਰ ਪਰੇ ਬੰਨ੍ਹਾ ਵਾਂ ਹਾਂ ਘੋੜੀ ਬੰਨ੍ਹ ਦਿਓ ਖੂ ਰਾਹ ਉੱਤੇ ਆਉਂਦੇ ਜਾਂਦੇ ਖਿਆਲ ਕਰਨਗੇ ਗੁਰਨਾਮ ਕੌਰ ਤੇ ਕਮਲ ਨੈਣੀ ਨੂੰ ਛੱਡ ਕੇ ਤਾਬੂ ਪਿੰਡ ਨੂੰ ਚਲੀ ਗਈ 2 ਘੰਟੇ ਪਿੱਛੋਂ ਮੁੜੀ ਤਾਂ ਨਾਲ ਕਿੰਨੀਆਂ ਚੀਜ਼ਾਂ ਲਿਆਈ ਉਹ ਸਾਰੀਆਂ ਚੀਜ਼ਾਂ ਖਾਣ ਵਾਸਤੇ ਤਖਤੂਪੁਰੇ ਦਾ ਚੌਧਰੀ ਤੇ ਮਿਰਜ਼ੇ ਦੇ ਬੰਦੇ ਘਰ ਘਰ ਦੇਖ ਗਏ ਤਾਬੂ ਨੇ ਦੱਸਿਆ ਆਗੇ ਦੁਸ਼ਟ ਸਿੰਘ ਨੇ ਹੈਰਾਨੀ ਨਾਲ ਬੋਲਿਆ हां पूछदे रहे ने जवान ਕੁੜੀ ਨਾਮ ਕਮਲ ਨੈਣੀ ਜੋ ਦੱਸੇ ਨਾਮ ਪਾਏ ਤੇ ਵੀ ਆ ਗਏ ਕੀ ਕੀ ਆ ਗਏ ਜਿਹਨੇ ਆਸਰਾ ਦਿੱਤਾ ਜਿਹਦੇ ਘਰੋਂ ਮਿਲੀ ਤੇ ਦੱਸਿਆ ਨਾ ਸਮਝੋ ਉਹਦਾ ਕਾਹਨ ਬੱਚਾ ਪੀੜ ਦਿੱਤਾ ਜਾਏਗਾ ਇਹ ਵੀ ਆ ਕੇ ਗਏ ਆ ਕਿ ਉਹ ਘੋੜੀ ਲੈ ਕੇ ਨੱਠੀ ਐ ਮਿਰਜ਼ੇ ਦਾ ਸਖਤ ਹੁਕਮ ਹੈ ਤਾਬ ਉਹ ਦੱਸੀ ਗਈ ਤੇ ਤਿੰਨਾਂ ਨੂੰ ਖਾਣ ਵਾਸਤੇ ਰੋਟੀ ਦਹੀਂ ਲੱਸੀ ਦੇਈ ਗਈ ਗੁਰਨਾਮ ਘਰ ਵਾਸਤੇ ਕਿਉਂ ਗੁੜ ਆਟੇ ਦਾ ਸੀਰਾ ਬਣਾ ਕੇ ਲਿਆਈ ਸੀ ਗੁਰਨਾਮ ਘਰ ਨੂੰ ਖਾਣ ਲੱਗੀ ਕਮਲ ਨੇਣੀ ਭੁੱਖੀ ਸੀ ਉਹ ਦੋ ਪਰੌਂਠੇ ਈ ਨਾਲ ਖਾ ਗਈ। ਉਹਦੀ ਭੁੱਖ ਅਜੇ ਵੀ ਦੂਰ ਨਹੀਂ ਹੋਈ। ਉਹ ਇੱਕ ਹੋਰ ਖਾ ਗਈ। ਕੋਈ ਗੱਲ ਨਹੀਂ। ਸਿੰਘ ਨੇ ਰੋਟੀ ਖਾਂਦਿਆਂ ਹੋਇਆਂ ਆਖਿਆ। ਐਸੇ ਹੁਕਮ ਇੱਕ ਦਿਨ ਜ਼ਰੂਰ ਬੰਦ ਹੋਣਗੇ। ਗੁਰੂਪੰਥ ਵਿਰੋਧੀਆਂ ਦੇ ਲੋਕ ਦੁਸ਼ਮਣ ਲੁੱਟੇਰਿਆਂ ਨੂੰ ਖਤਮ ਕੀਤਾ ਜਾਏਗਾ। ਸਾਰੇ ਦੁਸ਼ਟ ਹਨ। ਗੁਰੂਪੰਥ ਅਕਾਲ ਦਾ ਬੇਟਾ ਇਹ ਚੜ੍ਹਦੀ ਕਲਾ 'ਚ ਰਹੇਗਾ। ਹਰ ਥਾਂ ਮਰਿਤਾਰੀ ਖਾਲਸਾ ਗੂੰਜੇਗਾ। ਚਿੰਤਾ ਕਰਨ ਦੀ ਲੋੜ ਨਹੀਂ। ਮੈਂ ਵੀ ਅੰਮ੍ਰਿਤ ਛਕ ਲੈਣਾ ਹੈ ਕਮਲ ਬੋਲੀ ਅੰਮ੍ਰਿਤ ਛਕਨ ਨਾਲ ਹੋਰ ਬਲ ਆਏਗਾ ਇਹ ਤਾਂ ਜ਼ਰੂਰੀ ਹੈ ਅੰਮ੍ਰਿਤ ਛਕਣਾ ਹਰ ਪ੍ਰਾਣੀ ਲਈ ਜ਼ਰੂਰੀ ਹੈ ਸਭ ਕਸ਼ਟ ਕਲੇਸ਼ ਨਾਸ ਹੋ ਜਾਂਦੇ ਆ ਪੰਜ ਸੱਤ ਦਿਨਾਂ ਨੂੰ ਆਪਾਂ ਜੱਥੇ ਨਾਲ ਜਾ ਮਿਲਾਂਗੇ ਆਪ ਦੀ ਮਿਹਰਬਾਨੀ ਮੈਨੂੰ ਆਸਰਾ ਮਿਲ ਗਿਆ ਪੂਆ ਜੀ ਵੀ ਮਿਲ ਗਏ ਕਮਲ ਨੈਣੀ ਨੇ ਆਖਿਆ ਤੇ ਲੱਸੀ ਦਾ ਛੱਣਾ ਠੀਕ ਗਈ ਅੰਗ 16ਵਾਂ 8 ਤੋਂ ਟੱਪ ਕੇ 13 ਦਿਨ ਬੀਤ ਗਏ ਗੁਰਨਾਮ ਕੌਰ ਨੇ ਇਸ਼ਨਾਨ ਕਰ ਲਿਆ ਪਰ ਪੁੱਛੰਗੀ ਲੈ ਕੇ ਜੰਗਲਾਂ 'ਚ ਰਹਿਣਾ ਕਠਿਨ ਸੀ ਮੈਂ ਆਖਦੀ ਆ ਗੁਰਨਾਮ ਕੌਰ ਨੂੰ ਛੱਡ ਜਾਓ ਮੈਂ ਘਰ ਲੈ ਚਲਦੀ ਆ ਗੁਰੂ ਘਰ ਲਈ ਕਰੇਗਾ ਫੋਹੀ ਪਰ ਬਲਕ ਗਰਮੀ ਸਰਦੀ ਕਿਵੇਂ ਰਹੇਗਾ ਤਾਬੋ ਨੇ ਗੁਰਮੁਖ ਸਿੰਘ ਨੂੰ ਆਖਿਆ ਤੇ ਫੈਸਲਾ ਕੀਤਾ ਕਿ ਗੁਰਨਾਮ ਕੌਰ ਜੰਗਲ ਵੱਲ ਨਾ ਜਾਏ ਬੱਚੇ ਨੂੰ ਛੱਡ ਕੇ ਲੈ ਜਾਣਾ ਵੀ ਬੱਚੇ ਨੂੰ ਛੱਡ ਕੇ ਜਾਣਾ ਵੀ ਔਖਾ ਰਹਿ ਪਵੇ ਗੁਰਮੁਖ ਸਿੰਘ ਨੇ ਉੱਤਰ ਦਿੱਤਾ ਉੱਥੇ ਵੀ ਗੁਰੂ ਦੀਆਂ ਰੱਖਾਂ ਦੇ ਇੱਥੇ ਵੀ ਜਿੱਥੇ ਰਹਿਣਾ ਹੈ ਰਹਿਣਾ ਗੁਰੂ ਆਸਰੇ ਹੈ ਸਿੱਖਾਂ ਲਈ ਖਤਰਾ ਖਤਰੇ ਤਾਂ ਹਰ ਥਾਂ ਆਈਆਂ ਜੇ ਗੁਰੂ ਮਹਾਰਾਜ ਨੇ ਇਸ ਪੁਚੰਗੀ ਕੋਲੋਂ ਸੇਵਾ ਲੈਣੀ ਹੈ ਤਾਂ ਜ਼ਰੂਰ ਇਹਦੀ ਰਖਵਾਲੀ ਕਰਨਗੇ ਅਸੀਂ ਕੌਣਾਂ ਰਖਵਾਲੀ ਕਰਨ ਵਾਲੇ ਮੈਨੂੰ ਰਹਿਣ ਦਿਓ ਮਹੀਨਾ ਦਸ ਦਿਨ ਗੁਰਨਾਮ ਕੌਰ ਨੇ ਵੀ ਇੱਛਾ ਪ੍ਰਗਟ ਕੀਤੀ ਰੋ ਗੁਰਮੰਗ ਸਿੰਘ ਨੇ ਪ੍ਰਵਾਨਗੀ ਦਿੱਤੀ ਤੂੰ ਕਮਲ ਕਿੱਥੇ ਜੰਗਲਾਂ ਜੂਆਂ ਚ ਭਟਕਦੀ ਫਿਰਨਾ ਮੇਰੇ ਕੋਲ ਰੋ ਤੇਰੇ ਮਾਂ ਬਾਪ ਨੂੰ ਸੱਦ ਲਵਾਂਗੇ ਤਾਬੂ ਨੇ ਕਮਲ ਨੈਣੀ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਜੋ ਗੱਲ ਕਰਦੀ ਸੀ ਦਿਲੋਂ ਕਰਦੀ ਸੀ ਨਹੀਂ ਮੈਂ ਜਾਵਾਂਗੀ ਮਾਸੀ ਜੀ ਮੇਰੇ ਇੱਥੇ ਰਿਆਂ ਬਖੇੜਾ ਵਧੇਗਾ ਮੇਰੇ ਬਦਲੇ ਮਿਰਜ਼ੇ ਦੇ ਬੰਦੇ ਅੰਨੇ ਕੁੱਤੇ ਵਾਂਗ ਨੱਠੇ ਫਿਰਦੇ ਆ ਉਹਨਾਂ ਨੇ ਬਾਹਰੇ ਵਿੱਚ ਘਰ ਘਰ ਲੱਪਣਾ ਨਾਲੇ ਮੈਂ ਬਦਲਾ ਲੈਣਾ ਕਿਸ ਕੋ ਨੂੰ ਮਿਰਜ਼ੇ ਕੋਲੋਂ ਤੇ ਪਿੰਡ ਦੇ ਚੌਧਰੀ ਕੋਲੋਂ ਇਹ ਸੁਣ ਕੇ ਗੁਰਮukh ਸਿੰਘ ਨੇ ਕਵਲ ਨੈਣੀਵਲ ਦੇਖਿਆ ਠੀਕ ਹੈ ਭਰਾ ਜੀ ਮੈਨੂੰ ਤੁਸੀਂ ਸਿੰਘਾਂ ਦੇ ਜੱਥੇ ਨਾਲ ਮਿਲਾ ਦਿਓ ਉਹ ਤੇਗਾ ਸਿੰਘ ਮਿਲ ਪੈਣ ਮਿਲ ਪੈਣਗੇ ਤਾਂ ਕੁੜੀਏ ਤੂੰ ਲੜਨ ਭੜੰਦਾ ਮਨ ਬਣਾਇਆ ਤਾਬੋਂ ਇਹ ਪੁੱਛਿਆ ਜੀ ਚੰਗੀ ਗੱਲ ਗੁਰਮੁਖ ਸਿੰਘ ਖੁਸ਼ ਹੋਇਆ ਉਹ ਸਿੰਘਣੀਆਂ ਨੂੰ ਬਹਾਦਰ ਬਣਦਿਆਂ ਵੇਖ ਖੁਸ਼ ਹੁੰਦਾ ਸੀ ਉਹਦੇ ਨਾਲ ਗੁਰਨਾਮ ਕੌਰ ਵੀ ਦੋ ਲੜਾਈਆਂ 'ਚ ਹਿੱਸਾ ਲੈ ਚੁੱਕੀ ਸੀ ਬਸ ਇੱਕੋ ਗਲਤੀ ਹੋਈ ਜਿਹੜੀ ਲੜਨ ਭੜਨ ਵਾਲੇ ਸਿੱਖਾਂ ਦਾ ਫੈਸਲਾ ਸੀ ਕਿ ਟੱਬਰਾਂ ਦੇ ਹੁੰਦਿਆਂ ਵੀ ਸਿੰਘ ਜਤੀ ਰਹਿਣ ਤੇ ਸੰਤਾਨ ਉਤਪਨ ਕਰਨ ਤੋਂ ਪਰਹੇਜ਼ ਕਰਨ ਤਾਂ ਕਿ ਨੱਠਣ ਭੱਜਣ ਤੇ ਲੜਨ ਸਮੇ ਔਕੜਾਂ ਪੇਸ਼ ਨਾ ਆਉਣ ਪਰ ਫਿਰ ਵੀ ਐਸੇ ਕੇਸ ਹੋ ਜਾਂਦੇ ਹ ਉਸੇ ਵੇਲੇ ਜਥੇ ਨੂੰ ਛੱਡ ਕੇ ਰਹਿਣਾ ਪੈਂਦਾ ਸੀ ਗੁਰਨਾਮ ਕੌਰ ਤੇ ਗੁਰਮੁਖ ਸਿੰਘ ਬੜਾ ਪਰਹੇਜ਼ ਕਰਦੇ ਰਹੇ ਫਿਰ ਵੀ ਪਿਆਰ ਤੇ ਵਾਸਨਾ ਦਾ ਸ਼ਿਕਾਰ ਹੋ ਹੀ ਗਏ ਆਖਰ ਨੂੰ ਔਰਤ ਮਰਦ ਸਨ ਕੁਦਰਤ ਨੇ ਮਜਬੂਰ ਕੀਤਾ ਤੇ ਆਉਣ ਵਾਲੇ ਜੀਵ ਨੇ ਜ਼ਰੂਰ ਆਉਣਾ ਸੀ ਉਹਨੇ ਆ ਕੇ ਰਹਿਣਾ ਸੀ ਗੁਰਨਾਮ ਕੌਰ ਨੂੰ ਤਾਂ ਪਿੰਡ ਰਹਿਣ ਦਿੱਤਾ ਗੁਰਮੁਖ ਸਿੰਘ ਤੇ ਕਵਲ ਨੈਣੀ ਦੋਵੇਂ ਘੋੜਿਆਂ ਤੇ ਸਵਾਰ ਹੋ ਕੇ ਚੱਲ ਪਏ ਸਿੰਘਾਂ ਦੇ ਡੇਰੇ ਦਰਿਆਵਾਂ ਤੇ ਝੱਲਾਂ ਜੰਗਲਾਂ ਤੇ ਰੇਗਿਸਤਾਨ 'ਚ ਹੁੰਦੇ ਜਿੱਥੇ ਦੁਸ਼ਮਣ ਨਾ ਪਹੁੰਚ ਸਕੇ ਦੁਸ਼ਮਣ ਜੰਗਲ ਜੰਗਲਾਂ ਤੇ ਮਾਰੂ ਥਾਵਾਂ ਤੋਂ ਘਬਰਾਉਂਦਾ ਸੀ ਗੁਰਮukh ਸਿੰਘ ਕੋਲ ਆਪਣਾ ਘੋੜਾ ਸੀ ਤੇ ਕਮਲ ਲੈਣੀ ਕੋਲ ਉਹ ਘੋੜੀ ਜਿਹੜੀ ਉਹ ਤਖਤੂਪੁਰ ਤੋਂ ਲੈ ਕੇ ਆਈ ਸੀ ਉਹ ਤੁਰੇ ਜਾ ਰਹੇ ਸੀ ਕਿ ਰਾਜ ਚਾਰ ਤੁਰਕ ਮਿਲ ਪਿੱਪਲ ਹੀਠਾਂ ਬੈਠੇ ਹੁੱਕਾ ਵੀ ਰੇ ਸੀ ਉਹ ਸਧਾਰਨ ਪਿੰਡੂਆਂ ਵਾਂਗ ਬੈਠੇ ਸੀ ਭਾਈ ਗੁਰਮukh ਸਿੰਘ ਨੇ ਕੋਈ ਖਿਆਲ ਨਾ ਕੀਤਾ ਉਹਨਾਂ ਨੇ ਸਮਝਿਆ ਪਿੰਡ ਵਾਲੇ ਹੋਣਗੇ ਤੇ ਜਦੋਂ ਐਨ ਸਿਰ ਤੇ ਚਲੇ ਗਏ ਤਾਂ ਪਤਾ ਲੱਗਾ ਫਿਰ ਵੀ ਘਬਰਾਏ ਨਹੀਂ ਤੁਰਕਾਂ ਦੇ ਘੋੜੇ ਹਨ ਤੁਰਕ ਬੈਠੇ ਹੁੱਕਾ ਪੀ ਰਹੇ ਹਨ ਚਾਰੇ ਉਪਰ ਉਹਲੇ ਖੂਵాలే ਗੁਰਮੁਖ ਸਿੰਘ ਨੇ ਕਮਲ ਨੈਣੀ ਨੂੰ ਹੌਲੀ ਜੀ ਹੁਕਮ ਹੌਲੀ ਜੀ ਕਿਹਾ ਹੁਕਮ ਕਮਲ ਨੈਣੀ ਨੇ ਅੱਗੇ ਦੇਖ ਕੇ ਆਖਿਆ ਇਹਨਾਂ ਨੂੰ ਹਥਿਆਰ ਨਾ ਚੁੱਕਣ ਦੇ ਸੋਧ ਕੇ ਚਾਰੇ ਘੋੜੇ ਲੈ ਚੱਲੀਏ ਜਥੇ ਨੂੰ ਘੋੜਿਆਂ ਦੀ ਲੋੜ ਹੈ ਜਿਵੇਂ ਹੁਕਮ ਹੋਇਆ ਮੈਂ ਤਿਆਰ ਹਾਂ ਕਮਲ ਨੈਣੀ ਨੇ ਮਿਆਨ ਚੋਂ ਕਿਰਪਾਨ ਖਿੱਚ ਲਈ ਆਪਣੇ ਹੱਥ 'ਚ ਤੋਲੀ ਤੇ ਗੁਰਮੁਖ ਸਿੰਘ ਤੇ ਇਸ਼ਾਰੇ ਦੀ ਉਡੀਕ ਕਰਨ ਲੱਗੇ ਤੁਰਕਾਂ ਨੇ ਉਹਨਾਂ ਨੂੰ ਨਹੀਂ ਦੇਖਿਆ ਕਿਉਂਕਿ ਸਿੰਘ ਜੀ ਗੁਰੀਲਾ ਲੜਾਈਆਂ ਦੇ ਦਾਪੇ ਸਿੱਖ ਚੁੱਕੇ ਸੀ। ਉਹਨਾਂ ਨੇ ਆਪਣੇ ਘੋੜੇ ਓਲੇ ਕਰ ਲਏ ਤੇ ਹੌਲੀ-ਹੌਲੀ ਪਿੱਪਲ ਦੇ ਮੋਢਾ ਅਸਰੇ ਉਸ ਪਾਸੇ ਹੋਏ ਜਿੱਧਰ ਤੁਰਕਾਂ ਦੇ ਘੋੜੇ ਸੀ। ਸਿਰ ਤੇ ਜਾ ਕੇ ਬੋਲੇ ਸੋਨੇ ਹਲਸਾ ਸ੍ਰੀ ਕਾਲ ਦਾ ਜਕਾਰਾ ਛੜਿਆ ਤੁਰਕਾਂ ਨੂੰ ਘਬਰਾ ਦਿੱਤਾ। ਉਹਨਾਂ ਦੇ ਉੱਠਣ ਤੇ ਤਲਵਾਰਾਂ ਫੜਨ ਤੋਂ ਪਹਿਲਾਂ ਹੀ țeਗਾ ਧੂਕੇ ਬਾਹਰ ਕਰ ਦਿੱਤੇ। ਦੋ ਤਾਂ ਉੱਠਦੇ ਉੱਠਦੇ ਝਟਕਾਏ ਗਏ। ਇੱਕ ਤਲਵਾਰ ਫੜ ਕੇ ਗੁਰਮੁਖ ਸਿੰਘ ਦੇ ਵਾਰ ਕਰਨ ਲੱਗਾ ਕਮਲ ਨੈਣੀ ਨੇ ਐਸਾ ਵਾਰ ਕੀਤਾ ਕਿ ਉਹਦੀ ਤਲਵਾਰ ਵਾਲੀ ਬਾਹ ਮੋਢੇ ਤੋਂ ਸਣੀ ਤਲਵਾਰ ਲਾ ਛੁੱਟੀ ਤਲਵਾਰ ਮੁੱਠੀ ਚ ਰਹੀ ਬਾਹ ਦਰਦੀ ਤੇ ਡਿੱਗ ਪਈ ਉਹ ਲੇਟ ਗਿਆ ਚੌਥਾ ਨੱਠਣ ਲੱਗਿਆ ਉਹਦੇ ਪਿੱਛੇ ਘੋੜੀ ਲਾ ਕੇ ਕਮਲ ਨੇ ਉਹਨੂੰ ਘੇਰ ਕੇ ਝਟਕਾ ਦਿੱਤਾ ਖੂਬ ਵਾਲੇ ਵਿਚਾਰੇ ਪਿੱਪਲ ਦੇ ਮੁੱਢ ਨਾਲ ਲੱਗ ਗਏ ਤੇ ਉਹਨਾਂ ਦੇ ਉਹਨਾਂ ਨੇ ਮੂੰਹ ਚ ਘਾ ਲੈ ਕੇ ਹੱਥ ਜੋੜੇ ਸਿੰਘ ਜੀ ਅਸੀਂ ਗਰੀਬ ਵਾਹੀ ਵਾਲੇ ਉਹਨਾਂ ਚੋਂ ਇੱਕ ਤਰਲੇ ਦੇ ਲਹਿਜੇ ਚ ਬੋਲਿਆ ਡਰੋ ਨਾ ਇਹ ਕਿੱਥੋਂ ਦੇ ਸੀ ਗੁਰਮੁਖ ਸਿੰਘ ਨੇ ਕਿਹਾ ਜਲਾਲਾਬਾਦ ਦੇ ਮਿਰਜ਼ੇ ਦੇ ਬੰਦੇ ਅਸਾਂ ਨੂੰ ਆਖਦੇ ਸੀ ਹਿੰਦੂਆਂ ਦੇ ਘਰ ਦੱਸੋ ਜਿਨ੍ਹਾਂ 'ਚ ਮਾਲ ਹੋਵੇ ਤੇ ਸੋਹਣੀ ਔਰਤਾਂ ਨਾਲੇ ਅਸਾਂ ਕੋਲੋਂ ਅੰਡੇ ਤੇ ਕੁੱਕੜੀਆਂ ਮੰਗਦੇ ਸੀ ਚੰਗਾ ਆਇਆ ਸੌਂਗ ਇਹਨੂੰ ਵੀ ਫਾਰ ਬੁਲਾਓ ਇੰਨੀ ਤੇ ਅਸੀਂ ਉੱਪਰ ਮਿਰਜ਼ੇ ਨੂੰ ਚੜਾ ਕੇ ਲਿਆਏਗਾ ਉਹਨਾਂ ਦਾ ਇਸ਼ਾਰਾ ਉਸ ਬੰਦੇ ਵੱਲ ਸੀ ਜਦੀ ਬਾਹ ਕਮਲ ਨੈਣੀ ਨੇ ਕੱਟੀ ਸੀ ਹੋ ਜਾਂਦਾ ਨਵੇੜਾ ਆ ਕੇ ਕਮਲ ਨੈਣੀ ਨੇ ਉਹਦਾ ਸਿਰ ਲਾ ਦਿੱਤਾ ਘੋੜੇ ਖੋਲ ਕੇ ਅਸਾਂ ਨੂੰ ਫੜਾ ਦਿਓ ਗੁਰਮੁਖ ਸਿੰਘ ਨੇ ਉਹਨਾਂ ਨੂੰ ਹੁਕਮ ਦਿੱਤਾ ਕੋਈ ਪੁੱਛੇ ਤਾਂ ਆਖ ਦੇਣਾ ਸਿੰਘਾਂ ਦਾ ਜੱਥਾ ਆਇਆ ਸੀ ਮਾਰ ਮਾਰਾ ਪੁਕਾਰਾ ਕਰ ਗਿਆ ਜੋ ਆਖੋ ਨਹੀਂ ਤੇ ਅਸੀਂ ਇਹਨਾਂ ਦਾ ਖੁਰਾ ਖੋਜ ਮਟਾ ਦੇਣਾ ਧਰਤੀ 'ਚ ਨੱਪ ਦੇਣੇ ਖੂਹ ਵਾਲੇ ਨੇ ਕਿਹਾ ਚਾਰੇ ਘੋੜੇ ਖੋਲ ਕੇ ਦੋ-ਦੋ ਕਾਠੀਆਂ ਨਾਲ ਬੰਨ੍ਹ ਦਿੱਤੇ ਲਹੂ ਚੌਂਦੀਆਂ ਤਲਵਾਰਾਂ ਨੰਗੀਆਂ ਹੀ ਰੱਖ ਕੇ ਗੁਰਮੁਖ ਸਿੰਘ ਤੇ ਕਬਲ ਨੈਣੀ ਅੱਗੇ ਚੱਲ ਪਏ ਖੂਹ ਵਾਲੇ ਮੁਸਲਮਾਨ ਦੋਵੇਂ ਭਰਾ ਦੇਖਦੇ ਹੀ ਰਹਿ ਗਏ ਉਦਲੋਂ ਖੁਸ਼ ਸਨ ਕਿ ਜੇ ਮਰਨ ਵਾਲੇ ਨਾ ਮਰਦੇ ਤਾਂ ਉਹਨਾਂ ਨੇ ਕਈਆਂ ਚੀਜ਼ਾਂ ਦੀ ਮੰਗ ਕਰਨੀ ਸੀ। ਵਾਹ ਕਬਲ ਭੈਣ ਕਮਾਲ ਕੀਤੀ। ਹੁਣ ਨਹੀਂ ਤੇ ਸਾਨੂੰ ਕੋਈ ਖਤਰਾ। ਸਿੰਘ ਰੂਹ ਤੁਸਾਂ ਚ ਆ ਗਈ ਐ, ਕਮਜ਼ੋਰੀ ਜਾਂਦੀ ਰਹੀ। ਗੁਰਮੁਖ ਸਿੰਘ ਨੇ ਰਾਹੇ ਜਾਂਦੇ ਆ ਕਮਲ ਨੈਣੀ ਦੀ ਬਹਾਦਰੀ ਦੀ ਵਡਿਆਈ ਕੀਤੀ। ਹੁਣ ਮੈਂ ਅਬਲਾ ਨਹੀਂ, ਸਿੰਘਾਂ ਦੇ ਜੱਥੇ ਦੇ ਮੇਲ ਤੋਂ ਪਹਿਲਾਂ ਅਬਲਾ ਸੀ। ਡਰ ਬੈਠਾ ਆਇਆ ਸੀ ਤੁਰਕਾਂ ਦਾ ਤੇ ਮਰਦਾਂ ਦਾ। ਹੁਣ ਮੈਂ ਸਮਝਦੀ ਆ ਮਰਦ ਤੇ ਔਰਤ ਚ ਬਹੁਤਾ ਫਰਕ ਨਹੀਂ। ਕਮਲ ਨੈਣੀ ਨੇ ਉੱਤਰ ਦਿੱਤਾ। ਇਹ ਤਾਂ ਹੈ ਸਾਰੇ ਮਾਮਲੇ ਆਤਮਾ ਦੀ ਚੜ੍ਹਦੀ ਕਲਾ ਦੇ ਆਇਆ ਤੇਗਾ ਸਿੰਘ ਹੋਰਾਂ ਨੂੰ ਤੁਸੀਂ ਜਾਣਦੇ ਹੋ ਜੀ ਜਾਣਦੀਆਂ ਉਹੋ ਹੀ ਤਾਂ ਪਿੰਡ ਛੱਡਣਾ ਆਏ ਸੀ ਮੈਂ ਹੁਣ ਪਛਤਉਨੀ ਆ ਉਸੇ ਦਿਨ ਉਹਨਾਂ ਦੇ ਨਾਲ ਵਾਪਸ ਮੁੜ ਜਾਂਦੀ ਤਾਂ ਚੰਗਾ ਸੀ ਹੁਣ ਪਤਾ ਲੱਗਾ Hindu ਸਮਾਜ ਇੰਨਾ ਕਮਜ਼ੋਰ ਤੇ ਵਹਿਮੀ ਹੈ ਕਿ ਲੜਕੀ ਘਰੋਂ ਬਾਹਰ ਨਿਕਲੀ ਮੁੜ ਕੇ ਘਰ ਵਾਪਸ ਆ ਕੇ ਸਮਾਜ ਚ ਪਹਿਲਾ ਜੀਵਨ ਦਰਜਾ ਪ੍ਰਾਪਤ ਨਹੀਂ ਕਰ ਸਕਦੀ ਭਾਵੇਂ ਉਹ ਕਿਉਂ ਨਾ ਪਵਿੱਤਰ ਹੋਵੇ ਵਹਿਮ ਤੇ ਕਮਜ਼ੂਰੀ ਨੇ ਗੁਲਾਮ ਬਣਾਇਆ ਹੈ ਔਰਤਾਂ ਦੀਆਂ ਜ਼ਬਾਨਾਂ ਨੂੰ ਲਗਾਮ ਨਹੀਂ ਉਹ ਆਈਆਂ ਗੱਲਾਂ ਕਰਕੇ ਅਗਲੇ ਕਦ ਦੇ ਘਰਾ ਗਲਾ ਦਿੰਦੀਆਂ ਹਾਂ ਆਪਾਂ ਕਿੰਨੀ ਦੂਰ ਚੱਲਣਾ ਬੱਸ ਆ ਗਿਆ ਬਿਆਸਾ ਉੱਥੇ ਜਾ ਕੇ ਪਤਾ ਲੱਗੇਗਾ ਉਹ ਗੱਲਾਂ ਕਰਦੇ ਹੋਏ ਤੁਰੇ ਗਏ ਬਸੋਂ ਦਾ ਇਲਾਕਾ ਮੁੱਕ ਗਿਆ ਤੇ ਜੰਗਲ ਤੇ ਬਿਆਸਾ ਦੇ ਕਿਨਾਰੇ ਚੱਲਦਾ ਇਲਾਕਾ ਆ ਗਿਆ ਉਹ ਇੱਕ ਥਾਂ ਰੁਕੇ ਵੱਡੇ ਦਰਖਤ ਦੇ ਹੇਠਾਂ ਉੱਚਾ ਥੜਾ ਸੀ ਥੜੇ ਤੇ ਇੱਕ ਅੱਖਾਂ ਦੀ ਝੁੱਗੀ ਉਸ ਟੇਕ ਬਜ਼ੁਰਗ ਸਿੱਖ ਰਹਿੰਦਾ ਸੀ ਉਹਨੂੰ ਆਵਾਜ਼ ਦਿੱਤੀ ਨਿਹੰਗ ਸਿੰਘ ਜੀ ਨਿਹੰਗ ਸਿੰਘ ਝੁੱਗੀ ਚੋਂ ਬਾਹਰ ਹੋਇਆ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਬਲਾਈ ਆਓ ਹੁਕਮ ਨਿਹੰਗ ਸਿੰਘ ਨੇ ਚੇਰੀ ਵੱਲ ਦੇਖ ਕੇ ਆਖਿਆ ਜਥਾ ਗੁਰਮੁਖ ਸਿੰਘ ਨੇ ਪੁੱਛਿਆ ਕਿਹੜਾ ਪੰਜਾਬਾ ਸਿੰਘ ਦਾ ਉਹ ਤਾਂ ਸਭਰਾਵਾਂ ਵੱਲ ਗਿਆ ਕੋਈ ਪਤਾ ਨਹੀਂ ਅੱਗੇ ਮੁਲਤਾਨ ਵੱਲ ਨਿਕਲੇ ਉਧਰ ਸੋਧ ਸੁਧਾਈ ਕਰਨੀ ਹੈ ਅੱਜ ਸ਼ਾਮ ਸਿੰਘ ਦਾ ਜਥਾ ਆਏਗਾ ਰਾਤ ਕੱਟ ਕੇ ਉਹ ਵੀ ਉਧਰ ਨੂੰ ਜਾਏਗਾ ਦਲ ਖਾਲਸੇ ਦਾ ਕੋਈ ਹੁਕਮ ਆਇਆ ਆਓ ਰਾਤ ਰਹੋ ਹੁਣ ਇਸ ਵੇਲੇ ਕਿਤੇ ਜਾਣ ਦਾ ਵੀ ਵੇਲਾ ਨਹੀਂ ਬਾਦਾਮ ਹਨ ਸਾਗਾ ਵੀ ਤਿਆਰ ਹੋ ਜਾਏਗਾ ਆਓ ਉਤਰੋ ਰਾਕੀਆਂ ਤੋਂ ਉਤਰੋ ਭੈਣ ਜੀ ਅੱਜ ਰਾਤ ਇੱਥੇ ਕੱਟੀਏ ਜੱਥੇ ਦੇ ਨਾਲ ਅੱਗੇ ਚੱਲਾਂਗੇ ਗੁਰਮੁਖ ਸਿੰਘ ਨੇ ਕਬਲ ਨੈਣੀ ਨੂੰ ਦੇ ਆਖਿਆ ਜਿਵੇਂ ਆਗਿਆ ਆਖ ਕੇ ਕਬਲ ਨੈਣੀ ਘੋੜੀ ਤੋਂ ਉਤਰੀ ਤੇ ਗੁਰਮੁਖ ਸਿੰਘ ਵੀ ਆਪਣੇ ਘੋੜੇ ਤੋਂ ਉਤਰਿਆ ਸਾਰੇ ਘੋੜੇ ਡੋਡੀ ਬੰਨ ਦਿੱਤੇ ਤੇ ਆਪ ਥੜੇ ਉੱਪਰ ਚੜ੍ਹ ਕੇ ਸਫਤੇ ਬੈਠ ਗਏ ਨਿਹੰਗ ਸਿੰਘ ਨੇ ਛੋਲੇ ਭੁਜੇ ਹੋਏ ਤੇ ਗੁੜ ਖਾਣ ਨੂੰ ਦਿੱਤਾ ਮਹਿਮਾਨ ਨਵਾਜ਼ੀ ਕੀਤੀ ਧੰਨ